ਨਿੱਕਾ ਸਿੱਧੂ ਮੂਸੇਵਾਲਾ ਕਿੱਡਾ ਹੋ ਗਿਆ ਤੁਹਾਨੂੰ ਦਿਖਾਉਣਾ ਜ਼ਰੂਰੀ ਸੀਗਾ। ਵੇਖੋ ਅੱਗੇ ਵੀਡੀਓ। ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਲੋਕਾਂ ਨੇ ਬਹੁਤ ਸਾਰੇ ਕੁਐਸਚਨ ਪੁੱਛੇ ਆ ਤੇ ਆਪਾਂ ਸੁਣਦੇ ਉਹਨਾਂ ਕੋਲੇ ਉਹਨਾਂ ਨੇ ਕੀ ਰਿਪਲਾਈ ਕੀਤਾ। ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ, ਉਦੋਂ ਦਾ ਬੱਚੇ ਦਾ ਬਰਥ ਹੋਇਆ, ਉਦੋਂ ਤਮੰਨਾ ਸੀ ਵੀ ਕਦੋਂ ਵੀ ਥੋੜਾ ਟਾਈਮ ਲੱਗੇ ਤਾਂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਆਈਏ, ਤਾਂ ਉਸੇ ਤਮੰਨਾ ਨੂੰ ਅੱਜ ਪੂਰੀ ਕਰਨ ਲਈ। ਐਕਚੁਅਲੀ ਜਦੋਂ ਜੇ ਮੈਂ ਸੱਚ ਬੋਲਾਂ ਹਨਾ, ਧਰਮ ਦੀ ਧਰਤੀ ਤੇ ਖੜਾ, ਮੈਂ ਹੁਣ ਦੇ ਗੀਤ ਸੁਣਦਾ ਮੈਂ ਇਮੋਸ਼ਨਲ ਹੋ ਜਾਂਦਾ, ਮੈਂ ਹੁਣ ਮੈਂ ਬਹੁਤ ਘੱਟ ਸੁਣਦਾ ਕਿਉਂਕਿ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਭਾਰ ਆਉਂਦਾ, ਮੈਂ ਉਹਨੂੰ ਬਹੁਤ ਅੱਛੇ ਤੋਂ ਸੁਣ ਨਹੀਂ ਸਕਦਾ। ਮੈਂ ਤਾਂ ਹੁਣ ਯੂਟਿਊਬ ਵੀ ਬਹੁਤ ਘੱਟ ਵੇਖਣ ਲੱਗ ਗਿਆ, ਕਿਉਂਕਿ ਜਦੋਂ ਮੈਂ ਦੇਖਦਾ ਕਿਤੇ ਨਾ ਕਿਤੇ ਰੀਲਾਂ ਸਾਹਮਣੇ ਆਉਂਦੀਆਂ, ਕਿਤੇ ਉਹ ਇਲੈਕਸ਼ਨ ਦਾ ਸਪੀਚ ਕਰੀ ਜਾਂਦਾ, ਕਿਤੇ ਕੁਛ ਕਰੀ ਜਾਂਦਾ, ਇੱਕ ਬਾਪ ਹੋਣ ਦੇ ਨਾਤੇ ਮੈਂ ਕਈ ਵਾਰ ਦੱਬ ਜਾਂਦਾ, ਤਾਂ ਫਿਰ ਮੈਂ ਥੋੜ੍ਹਾ ਜਿਹਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਨਾ ਸੁਣਾ, ਤਾਂ ਫਿਰ ਮੈਂ ਜ਼ਿਆਦਾ ਵਧੀਆ ਢੰਗ ਨਾਲ ਰਹਿ ਲੈਂਦਾ। ਜੇ ਮੈਂ ਸੁਣਦਾ ਰਹਾਂ ਤਾਂ ਉਹ ਵੀ ਅਸਰ ਥੋੜ੍ਹਾ ਮੈਨੂੰ ਦਿਮਾਗ 'ਤੇ ਅਸਰ ਪੈਂਦਾ। ਸਿੱਧੂ ਸੁਣਦਾ ਵੱਡੇ ਭਰਾ ਦੇ ਗਾਣੇ, ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜਾਂ ਕਿਦਾਂ ਮਹਾਰਾਜ ਜੀ ਮਹਾਰਾਜ ਰਾਮਦਾਸ ਜੀ ਕਿਰਪਾ ਕਰਨਗੇ ਇਸ ਰਸਤੇ। ਸੁਣਨੀ ਡਿੱਕੇ ਵੇ ਹਵੇਲੀ ਤੇਰਾ ਨਾਟ ਗਿਆਰਾ ਮੈਂ।